क्षमा रोशन करके ही अच्छे समागम की जी रस्मी शुरुआत करिए। बुद्ध साहब आ के अगुवाई करो सर। ਸਹਿਜ ਸਭਾਵਾਂ ਦੇ ਜਿਹੜੇ ਸਾਡੇ ਮੈਂਬਰ ਆਏ ਆ ਉਹਨਾਂ ਦੀ ਇੱਕ ਇੱਕ ਪਰਚੀ ਬਣਾ ਕੇ ਮੈਨੂੰ ਜ਼ਰੂਰ ਦਿੱਤੀ ਜਾਵੇ ਕਿਉਂਕਿ ਆਪਾਂ ਇਕੱਲੇ ਇਕੱਲੇ ਬੰਦੇ ਦੀ ਹਾਜ਼ਰੀ ਜਿਹੜੀ ਹੈ ਉਹ ਲਾਈਏ। ਅੰਮ੍ਰਿਤਸਰ ਤੋਂ ਸਾਡੀਆਂ ਸਹਿਜ ਸਭਾਵਾਂ ਦੇ ਵਿੱਚ ਜਨਵਾਦੀ ਲੇਖਕ ਸੰਘ, ਪੰਜਾਬੀ ਸਹਿਜ ਸਭਾ ਬਾਬਾ ਬਕਾਲਾ ਸਾਹਿਬ, ਪੰਜਾਬੀ ਸਹਿਜ ਸੰਗਮ, ਪੰਜਾਬੀ ਸਹਿਜ ਸਭਾ ਚੁਗਾਵਾਂ, ਸਾਹਿਤ ਵਿਚਾਰ ਮੰਚ ਤਰਨ ਤਾਰਨ, ਪੰਜਾਬੀ ਸਹਿਜ ਸਭਾ ਪੱਟੀ, ਸਰਹੱਦੀ ਸਹਿਜ ਸਭਾ, ਪੰਜਾਬੀ ਸਹਿਜ ਸਭਾ ਜਲਿਆਲਾ ਗੁਰੂ, ਸ਼੍ਰੋਮਣੀ ਪੰਜਾਬੀ ਸਹਿਜ ਸਭਾ ਜਲਿਆਲਾ ਗੁਰੂ ਹੋਰ ਜਿਹੜੀਆਂ ਸਹਿਜ ਸਭਾਵਾਂ ਜੋ ਅੰਮ੍ਰਿਤਸਰ 'ਚ ਵੀ ਮੇਰੇ ਕੋਲ ਵਿਅਸਤ ਹੁੰਦੀ ਹੋਵੇ, ਆਪੋ ਆਪਣੀਆਂ ਸਹਿਜ ਸਭਾਵਾਂ ਦੇ ਮੈਂਬਰਾਂ ਦੇ ਨਾਮ ਜਿਹੜੇ ਆ ਉਹ ਜਲਦੀ ਤੌਰ ਦੇ ਉੱਤੇ ਮੈਨੂੰ ਪਰਚੀ ਦੇ ਰਾਹੀਂ ਕਿਸੇ ਮਿੱਤਰ ਇੱਕ ਦੇ ਰਾਹੀਂ ਬਿਠਾ ਦਿਓ ਅਤੇ ਸਾਰੇ ਲੇਖਕ ਸਾਹਿਬਾਨ, ਇਸ ਸੰਸਥਾ ਦੇ, ਇਸ ਸਕੂਲ ਦੇ ਟੀਚਰ ਸਾਹਿਬਾਨ, ਪੂਰਾ ਸਟਾਫ, ਅੱਜ ਦੀ ਸਾਡੀ ਭਾਸ਼ਾ ਕਨਵੈਨਸ਼ਨ ਦੇ ਵਿੱਚ ਤੁਸੀਂ ਸਾਰੇ ਹੁਣ ਹੰਬਾ ਕੇ ਪਹੁੰਚੇ ਹੋ, ਸਾਨੂੰ ਖੁਸ਼ੀ ਹੈ ਕਿ ਅੱਜ ਦੀ ਇਸ ਭਰਮੀ ਆਸ ਵੀ ਹੈ ਕਿ ਅੱਜ ਦੀ ਇਸ ਭਰਮੀ ਕਾਨਫਰੰਸ ਦੇ ਵਿੱਚ ਜੋ ਅਸੀਂ ਵਿਦਵਾਨ ਬੁਲਾਏ ਨੇ ਉਹ ਜੋ ਵਿਚਾਰ ਸਿੱਖਿਆ ਨੀਤੀ ਬਾਰੇ ਜਾਂ ਭਾਸ਼ਾ ਬਾਰੇ ਦੱਸਣਗੇ, ਕਹਿਣਗੇ, ਅਸੀਂ ਸਾਰੇ ਬੜੀ ਖੁੰਝਲੀ ਨਾਲ ਉਹਨਾਂ ਵਿਚਾਰਾਂ ਨੂੰ ਸੁਣਾਂਗੇ, ਵਿਚਾਰ ਚਰਚਾ 'ਚ ਭਾਗ ਲਵਾਂਗੇ। ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਿ ਅਸੀਂ ਲੇਖਕ ਸਾਹਿਬਾਨ ਜਿੰਨੇ ਵੀ ਬੈਠੇ ਨੇ ਜੋ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਲਹਿਰਾਂ ਚੱਲਦੀਆਂ ਨੇ ਜਾਂ ਕੋਈ ਬਹੁਤ ਵੱਖਰੇ ਮੁੱਦੇ ਉੱਠਦੇ ਨੇ ਉਹਨਾਂ 'ਤੇ ਬਹੁਤ ਕੁਝ ਅਸੀਂ ਲਿਖਦੇ ਪੜ੍ਹਦੇ ਹਾਂ। ਜਿਵੇਂ ਪਿੱਛੇ ਜੇ ਮੈਂ ਬਹੁਤਾ ਸਮਾਂ ਨਹੀਂ ਲੈਣਾ, ਸਾਡਾ ਕਿਸਾਨੀ ਸੰਘਰਸ਼ ਚੱਲਿਆ, ਸਾਡੇ ਲੇਖਕਾਂ ਨੇ ਬਹੁਤ ਖੁੱਲ੍ਹ ਕੇ ਉਸ ਕਿਸਾਨੀ ਸੰਘਰਸ਼ ਬਾਰੇ ਬਹੁਤ ਕੁਝ ਲਿਖਿਆ। ਜੇ ਮੈਂ ਸੱਚ ਬੋਲਾਂ ਤਾਂ ਤਕਰੀਬਨ 52 ਕਿਤਾਬਾਂ ਮੇਰੇ ਨੋਟਸ 'ਚ ਨੇ ਜਿਹੜੀਆਂ ਕਿਸਾਨੀ ਸੰਘਰਸ਼ ਦੇ ਉੱਪਰ ਲਿਖੀਆਂ ਗਈਆਂ, ਚਾਹੇ ਕਵਿਤਾ ਦੇ ਰੂਪ 'ਚ ਜਾਂ ਆਰਟੀਕਲ ਦੇ ਰੂਪ 'ਚ, ਜੋ ਵੀ ਹੈ। ਕਰੋਨਾ ਆਇਆ ਤਾਂ ਕਰੋਨਾ 'ਤੇ ਵੀ ਅਸੀਂ ਬਹੁਤ ਕੁਝ ਲਿਖਿਆ। ਜੋ ਵੀ ਮੂਵਮੈਂਟ ਪੰਜਾਬ ਕਿਸੇ ਤਰ੍ਹਾਂ ਦੀ ਚੰਗੀ ਮਾੜੀ ਤੁਰਦੀ ਹੈ ਤਾਂ ਲੇਖਕ ਸਾਹਿਬਾਨ ਸਾਡੇ ਸਭ ਤੋਂ ਪਹਿਲਾਂ ਉਹਨਾਂ ਮੁੱਦਿਆਂ ਨੂੰ ਪਕੜਦੇ ਨੇ। ਪਰ ਮੈਨੂੰ ਥੋੜ੍ਹਾ ਜਿਹਾ ਇਹ ਗੱਲ ਅਫਸੋਸ ਨਾਲ ਕਹਿਣਾ ਪੈ ਰਹੀ ਹੈ ਕਿ ਜਿਹੜਾ ਇਹ ਸਾਡਾ ਭਾਸ਼ਾ ਦਾ ਮੁੱਦਾ ਹੈ ਜਾਂ ਸਿੱਖਿਆ ਨੀਤੀ ਦਾ ਮੁੱਦਾ ਹੈ,
ਇਹਦੇ 'ਚ ਅਸੀਂ ਬਹੁਤ ਕੁਝ ਨਹੀਂ ਲਿਖ ਸਕੇ। ਬਹੁਤ ਸਾਰੀਆਂ ਕਿਤਾਬਾਂ ਸਾਡੇ ਕੋਲ ਨਹੀਂ ਹਨ ਇਹਦੇ ਬਾਰੇ, ਬਹੁਤ ਸਾਰੇ ਵਿਦਵਾਨਾਂ ਦੇ ਵਿਚਾਰਾਂ ਨੂੰ ਅਸੀਂ ਸਾਂਭ ਨਹੀਂ ਸਕੇ। ਜਿਸ ਤਰ੍ਹਾਂ ਕਰੋਨਾ ਬਾਰੇ ਜਾਂ ਕਿਸਾਨੀ ਸੰਘਰਸ਼ ਬਾਰੇ ਕਿਤਾਬਾਂ ਆਈਆਂ ਨੇ, ਤਾਂ ਸਿੱਖਿਆ ਨੀਤੀ ਬਾਰੇ ਵੀ ਅਗਰ ਸਾਡੇ ਵਿਦਵਾਨਾਂ ਦੀਆਂ ਅਤੇ ਸਾਡੀਆਂ ਸਾਰਿਆਂ ਦੀਆਂ ਰਲ ਕੇ ਪੁਸਤਕਾਂ ਆਉਣ, ਵਿਚਾਰ ਆਉਣ, ਕਵਿਤਾਵਾਂ ਆਉਣ, ਕਹਾਣੀਆਂ ਆਉਣ, ਤਾਂ ਮੈਨੂੰ ਲੱਗਦਾ ਕਿ ਮਾਤ ਬੋਲੀ, ਮਾਤ ਭਾਸ਼ਾ ਪੰਜਾਬੀ, ਜਾਂ ਸਾਡੀ ਜੋ ਉਚੇਰੀ ਸਿੱਖਿਆ ਜਾਂ ਸਿੱਖਿਆ ਨੀਤੀ ਹੈ, ਉਹਦੇ ਬਾਰੇ ਅਸੀਂ ਬਹੁਤ ਕੁਝ ਸੁਧਾਰ ਲਿਆ ਸਕਦੇ ਹਾਂ ਸਮਾਜ ਦੇ ਵਿੱਚ। ਇਹ ਸਾਡੇ ਸਾਰੇ ਲੇਖਕਾਂ ਦਾ ਇੱਕ ਫਰਜ਼ ਬਣਦਾ ਕਿ ਆਪਾਂ ਇਸ ਪਾਸੇ ਵੀ ਉੱਦਾਂ ਹੀ ਖੁੱਲ੍ਹ ਕੇ ਲਿਖੀਏ ਜਿੱਦਾਂ ਕਿ ਅਸੀਂ ਬਾਕੀ ਮੁੱਦਿਆਂ ਬਾਰੇ ਲਿਖਦੇ ਹਾਂ। ਬਹੁਤਾ ਸਮਾਂ ਮੈਂ ਵਿਦਵਾਨਾਂ ਦੇ ਵਿਚਕਾਰ ਨਹੀਂ ਖੜ੍ਹਨਾ ਚਾਹੁੰਦਾ। ਇੱਕ ਵਾਰੀ ਫਿਰ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਆਪ ਸਾਰਿਆਂ ਦਾ ਸਵਾਗਤ ਹੈ। ਜੀ ਆਇਆਂ, ਵੈਲਕਮ, ਬੜੀ ਮਿਹਰਬਾਨੀ, ਥੈਂਕ ਯੂ। ਬਹੁਤ ਸਤਿਕਾਰਯੋਗ ਮੇਰੇ ਪਿਆਰੇ ਮਿੱਤਰ ਲਖਵਿੰਦਰ ਜੌਹਰ, ਡਾਕਟਰ ਸਾਹਿਬ, ਪ੍ਰਧਾਨਗੀ ਮੰਡਲ ਅਤੇ ਦੋਸਤੋ, ਇਹ ਸਕੂਲ ਦੇ ਵਿੱਚ ਬਹੁਤ ਵਾਰੀ ਆਉਂਦਾ ਰਿਹਾ ਹੈ। ਦੇਵਦਰਦ ਉਹਨਾਂ ਦੇ ਨਾਲ ਇਹ ਸਕੂਲ ਬਹੁਤ ਨੇੜ ਤੋਂ ਜੁੜਿਆ ਹੋਇਆ ਰਿਹਾ, ਹੁਣ ਵੀ ਹੈ। ਅੱਜ ਉਹਨਾਂ ਦੀ ਯਾਦ ਮਨ 'ਚ ਇੱਕ ਵਾਰ ਫਿਰ ਤਾਜ਼ਾ ਹੋ ਰਹੀ ਹੈ। ਉਹਦੇ ਨਾਲ ਨਾਲ ਧਰਿੰਦਰ ਉਹਨਾਂ ਦੀ ਯਾਦ ਕਿਤੇ ਵੀ ਭੁਲਾਈ ਨਹੀਂ ਜਾ ਸਕਦੇ। ਇਹਨਾਂ ਦੋਹਾਂ ਨੂੰ ਯਾਦ ਕਰਦੇ ਹੋਏ ਮੈਂ ਸਭ ਤੋਂ ਪਹਿਲਾਂ ਕੋਈ ਜ਼ਿਆਦਾ ਨਾ ਕਹਿ ਕੇ ਸਿਰਫ ਇੱਕ ਆਦਰਸ਼ਿਕ ਪ੍ਰੋਪੋਜੀਸ਼ਨ ਤੋਂ ਆਪਣੀ ਗੱਲ ਸ਼ੁਰੂ ਕਰਾਂਗਾ ਕਿ ਆਦਰਸ਼ਿਕ ਤੌਰ 'ਤੇ ਕਿਸੇ ਤਰ੍ਹਾਂ ਦੀ ਸਿੱਖਿਆ, ਚਾਹੇ ਸਕੂਲੀ ਸਿੱਖਿਆ ਹੋਵੇ ਚਾਹੇ ਉਚੇਰੀ ਸਿੱਖਿਆ ਹੋਵੇ, ਉਹਦਾ ਜੇ ਠੀਕ ਮਾਧਿਅਮ ਹੋ ਸਕਦਾ ਹੈ ਜਿਹਦੇ ਵਿੱਚ ਕਿ ਹਰ ਵਿਦਿਆਰਥੀ ਪੂਰੀ ਗੱਲ ਨੂੰ ਸਮਝ ਸਕੇ, ਉਹ ਕੁਦਰਤੀ ਤੌਰ 'ਤੇ ਮਾਤ ਭਾਸ਼ਾ ਹੋ ਸਕਦੀ। ਸੱਭਿਆਚਾਰ ਦੀਆਂ ਅੱਡ ਅੱਡ ਵੰਗੜੀਆਂ ਦੀ ਵੰਗੀਆਂ ਦੀ ਪੇਸ਼ਕਾਰੀ ਮਾਤ ਭਾਸ਼ਾ 'ਚ ਉਸ ਵੇਲੇ ਸ਼ੁਰੂ ਹੋਈ ਹੈ ਪੱਛਮੀ ਯੂਰਪ ਦੇ ਵਿੱਚ, ਜਦੋਂ 13ਵੀਂ 14ਵੀਂ ਸਦੀ ਦੇ ਵਿੱਚ ਉੱਥੇ ਪੁਨਰ ਜਾਗਰਤੀ ਲਹਿਰ ਚੱਲੀ, ਉਹਨਾਂ ਅੰਗਰੇਜ਼ੀ 'ਚ ਉਸਨੂੰ ਰੈਨਾਸਾਂਸ ਕਹਿੰਦੇ ਆ। ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ, ਸਿਰਫ ਇੱਕ ਬਿੰਦੂ ਤੁਹਾਡਾ ਸਾਂਝਾ ਕਰਨਾ ਚਾਹੁੰਦਾ। ਉਹ ਸਿਰਫ ਇਹ ਹੈ, ਇਹ ਉਹ ਵਕਤ ਸੀ ਜਿਸ ਵੇਲੇ ਕਿ ਪੱਛਮੀ ਯੂਰਪ ਨੇ ਆਪਣੇ ਖਿੱਤੇ ਵਿੱਚ ਤਾਂ ਜਮਹੂਰੀਅਤ ਨੂੰ ਪ੍ਰਫੁੱਲਿਤ ਕੀਤਾ, ਅਤੇ ਉਸੇ ਵਕਤ ਹੀ, ਬਿਲਕੁਲ ਉਸੇ ਵਕਤ ਸਿਮਲਟੇਨੀਅਸਲੀ, ਉਹ ਸਾਡੇ ਵਰਗੇ ਖਿੱਤਿਆਂ 'ਚ ਆ ਕੇ ਉਹਨਾਂ ਨੇ ਆਪਣੀਆਂ ਬਸਤੀਆਂ ਬਣਾਉਣੀ ਸ਼ੁਰੂ ਕੀਤੀਆਂ। ਅਸੀਂ ਜਿੱਥੇ ਉਸ ਵੇਲੇ ਸੀ ਸਾਨੂੰ ਉੱਥੇ ਹੀ ਉਹਨਾਂ ਨੇ ਕੈਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਵਿੱਚ ਬਹੁਤ ਹੱਦ ਤੱਕ ਕਾਮਯਾਬ ਹੋਏ। ਇਸ ਕਰਕੇ ਹਿੰਦੁਸਤਾਨ ਦੇ ਵਿੱਚ ਜਿਹੜਾ ਬਸਤੀਵਾਦ ਦਾ ਯੁੱਗ ਹੈ, ਹਿੰਦੁਸਤਾਨ ਯੂਰਪੀ ਸੱਭਿਅਤਾ ਦੀ ਕੋਲੋਨੀ ਬਣਨਾ, ਬਸਤੀ ਬਣਨਾ, ਅਤੇ ਬਸਤੀ ਬਣਨ ਤੋਂ ਪਿੱਛੋਂ ਜਿਹੜੇ ਇੱਥੇ ਹਾਲਾਤ ਪੈਦਾ ਹੋਏ, ਮੈਂ ਉਸ ਹਾਲਾਤ ਦਾ ਤੁਹਾਡੇ ਨਾਲ ਜ਼ਰੂਰ ਜ਼ਿਕਰ ਕਰਨਾ ਚਾਹੂੰਗਾ ਜਿਹਦਾ ਸੰਬੰਧ ਸਾਡੀਆਂ ਭਾਸ਼ਾਵਾਂ ਦੇ ਨਾਲ ਹੈ। ਮੈਂ ਤੁਹਾਨੂੰ ਮਿਸਾਲ ਦਿੰਦਾ, ਜਿਸ ਵੇਲੇ ਅੰਗਰੇਜ਼ ਇੱਥੇ ਆਏ ਹੈ ਉਸ ਤੋਂ ਲਗਭਗ ਬਿਲਕੁਲ ਥੋੜ੍ਹਾ ਜਿਹਾ ਪਹਿਲਾਂ, ਜਾਂ ਜਦੋਂ ਅੰਗਰੇਜ਼ ਮਜ਼ਬੂਤ ਹੋ ਰਿਹਾ ਉਸ ਵੇਲੇ ਹਿੰਦੁਸਤਾਨ ਦੇ ਵਿੱਚ, ਤੁਸੀਂ ਉਸ ਵੇਲੇ ਜਿਹੜਾ ਦੱਖਣ ਸੀ, ਜਿਹੜਾ ਆਹ ਇਲਾਕਾ ਪੂਨੇ ਦਾ, ਮਹਾਰਾਸ਼ਟਰ ਦਾ, ਅਹਿਮਦਾਬਾਦ ਦਾ, ਅਹਿਮਦਨਗਰ ਦਾ, ਅਤੇ ਇਹਦੇ ਨਾਲ ਤੁਸੀਂ ਹੋਰ ਇਲਾਕੇ ਪੀ ਸਕਦੇ ਹੋ, ਹੈਦਰਾਬਾਦ ਦਾ, ਹੈਦਰਾਬਾਦ ਦੱਖਣ ਜਿਹਨੂੰ ਡੈਕਨ ਅੰਗਰੇਜ਼ੀ ਵਿੱਚ ਕਹਿੰਦੇ ਹਨ, ਇਹਨਾਂ ਇਲਾਕਿਆਂ ਦੀ ਅਗਰ ਤੁਸੀਂ ਕਵਿਤਾ ਜਾਂ ਸਾਹਿਤ ਫਰੋਲਣ ਦੀ ਕੋਸ਼ਿਸ਼ ਕਰੋ ਜਿਹੜਾ ਉਸ ਵੇਲੇ ਹਿੰਦੁਸਤਾਨ 'ਚ ਲਿਖਿਆ ਗਿਆ ਸੀ,
ਉਹ ਹਿੰਦੁਸਤਾਨੀ ਇਸ ਕਿਸਮ ਦੀ ਜ਼ੁਬਾਨ ਸੀ ਜਿਸ ਜ਼ੁਬਾਨ ਦੇ ਵਿੱਚ ਲੋਕਾਂ ਦੀ ਆਪਣੀ ਬੋਲੀ ਸੀ ਜਿਹੜੇ ਵਿੱਚ ਸ਼ਬਦ ਜਿਹੜੇ ਆਪਾਂ ਹੁਣ ਦੀ ਜ਼ੁਬਾਨ 'ਚ ਕਹਿ ਸਕਦੇ ਹਾਂ ਹੁਣ ਦੀ ਜ਼ੁਬਾਨ ਵਿੱਚ ਕਿ ਹਿੰਦੀ ਦੇ ਵੀ ਸਨ ਅਤੇ ਫਾਰਸੀ ਦੇ ਵੀ ਸਨ ਇਹ ਉਹ ਜ਼ੁਬਾਨ ਸੀ ਜਿਹੜੀ ਲੋਕਾਂ ਦੀ ਆਪਣੀ ਬੋਲਦੀ ਹੋਈ ਜ਼ੁਬਾਨ ਸੀ ਉਹਦੇ ਵਿੱਚ ਇਸ ਗੱਲ ਦਾ ਧਿਆਨ ਕੀਤੇ ਬਗੈਰ ਕਿ ਸ਼ਬਦ ਜਾਂ ਲਫ਼ਜ਼ ਕਿੱਥੋਂ ਆ ਰਹੇ ਹੈ ਉਹਨਾਂ ਲਫ਼ਜ਼ਾਂ ਨਾਲ ਭਰਪੂਰ ਉਸ ਜ਼ੁਬਾਨ ਦੇ ਵਿੱਚ ਕਿੱਸੇ ਕਹਾਣੀਆਂ ਮਸਲੀਆਂ ਹੋਰ ਬਹੁਤ ਕੁਝ ਰਚਿਆ ਗਿਆ ਲੇਕਿਨ ਜਿਸ ਵੇਲੇ ਅੰਗਰੇਜ਼ ਆਪਣੀ ਹਕੂਮਤ ਮਜ਼ਬੂਤ ਕਰਦੇ ਆ ਚਾਹੇ ਉਹ ਦਿੱਲੀ ਤੋਂ ਕੋਈ ਦੂਰ ਵੀ ਸੀਗੇ ਉਸ ਵੇਲੇ ਕੋਈ ਤਬਦੀਲੀਆਂ ਆਉਣੀਆਂ ਸ਼ੁਰੂ ਹੋਈਆਂ ਮਿਸਾਲ ਦੇ ਤੌਰ 'ਤੇ ਜਿਹੜਾ ਜ਼ਾਲਬ ਦਾ ਟਾਈਮ ਹੈ ਜਾਂ ਜ਼ਾਲਬ ਤੋਂ ਪਹਿਲਾਂ ਦਾ ਟਾਈਮ ਹੈ ਦਿੱਲੀ ਦਾ ਉਸ ਟਾਈਮ ਦੇ ਵਿੱਚ ਜਿਹੜੀ ਉਰਦੂ ਜ਼ੁਬਾਨ ਇੱਥੇ ਪੈਦਾ ਹੋਈ ਸੀ ਜਿਹੜੀ ਉਰਦੂ ਜ਼ੁਬਾਨ ਦੇ ਬੈਕਗਰਾਊਂਡ ਦੇ ਪਿਛੋਕੜ ਦੇ ਵਿੱਚ ਅਮੀਰ ਖੁਸਰੋ ਪਿਆ ਹੈ ਜਿਹੜਾ ਫਾਰਸੀ ਵੀ ਲਿਖਦਾ ਸੀ ਅਤੇ ਜਿਹੜੀ ਹਿੰਦੁਸਤਾਨੀ ਸੀ ਉਸ ਵੇਲੇ ਦੀ ਜਿਹ 'ਚ ਹੋਰੀ ਦੇ ਰੰਗਾਂ ਦੀ ਗੱਲ ਕਰਦਾ ਹੋਰੀ ਰੰਗਾਂ ਉਹ ਉਸ ਜ਼ੁਬਾਨ 'ਚ ਲਿਖਦਾ ਸੀ ਜਿਹੜੀ ਉਹ ਸਾਡੀ ਇੱਕ ਕੁਦਰਤੀ ਸੱਭਿਆਚਾਰਕ ਜ਼ੁਬਾਨ ਸੀ ਗਾਲਬ ਦਾ ਸਮਾਂ ਗਾਲਬ ਤੋਂ ਪਹਿਲਾਂ ਸਮਾਂ ਇਸ ਸਮੇਂ ਦੇ ਵਿੱਚ ਉਸੇ ਜ਼ੁਬਾਨ ਨੂੰ ਪਰਸਨਾਈਜ਼ ਕਰਨਾ ਸ਼ੁਰੂ ਕੀਤਾ ਜਦੋਂ ਇਹਦੇ ਵਿੱਚ ਫਾਰਸੀ ਦੇ ਅਲਫਾਜ ਜੇ ਸ਼ਬਦ ਹੈ ਉਹਨਾਂ ਦੇ ਜ਼ਿਆਦਾ ਪ੍ਰਮਾਰ ਹੋਣ ਲੱਗੀ ਇਹ ਗੱਲਾਂ ਮੈਂ ਇਸ ਕਰਕੇ ਕਹਿ ਰਿਹਾ ਕਿ ਤੁਹਾਨੂੰ ਪਤਾ ਲੱਗੇ ਕਿ ਵਿਗਾੜ ਕਿੱਥੋਂ ਪੈਦਾ ਹੋ ਗਿਆ ਜਿਸ ਕਰਕੇ ਅਸੀਂ ਮਤਲਬ ਅੱਜ ਤੱਕ ਉਸ ਸਥਿਤੀ ਵਿੱਚ ਬੈਠੇ ਹਾਂ ਇੱਕ ਮੈਂ ਹੋਰ ਉਦਾਹਰਣ ਦਿੰਦਾ ਤੁਹਾਨੂੰ ਜਦੋਂ ਅੰਗਰੇਜ਼ ਆਏ ਤਾਂ ਅੰਗਰੇਜ਼ਾਂ ਦੇ ਕੰਮ ਸਾਹਮਣੇ ਦੋ ਸੀ ਇੱਕ ਇੱਥੋਂ ਆਪਣਾ ਪ੍ਰੋਫਿਟ ਕਮਾਉਣਾ ਦੂਸਰਾ ਆਪਣਾ ਰਾਜ ਐਫੀਸ਼ੈਂਟਲੀ ਚਲਾਉਣਾ ਤਾਂ ਕਿ ਰਾਜ ਚੰਗੀ ਤਰ੍ਹਾਂ ਚੱਲੇ ਉਹਨਾਂ ਨੂੰ ਤਕਲੀਫ ਕੋਈ ਨਾ ਆਵੇ ਉਹਨਾਂ ਨੇ ਸਾਡੇ ਲੋਕਾਂ 'ਚ ਰਹਿਣਾ ਸੀ ਗੱਲਾਂ ਬਾਤਾਂ ਕਰਨੀਆਂ ਸੀ ਅਤੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਵਾਸਤੇ ਇਹ ਉਹ ਵਕਤ ਹੈ ਜਦੋਂ ਪਹਿਲੀ ਵਾਰ ਜ਼ੁਬਾਨਾਂ ਨੂੰ ਧਰਮਾਂ ਦੇ ਆਧਾਰ 'ਤੇ ਵੰਡਣ ਦੀ ਪ੍ਰਕਿਰਿਆ ਸ਼ੁਰੂ ਇਹ ਬਹੁਤ ਮਹੱਤਵਪੂਰਨ ਨੁਕਤਾ ਜਿਹਦੇ ਪਰ ਬਹੁਤ ਜ਼ਿਆਦਾ ਅੰਡਰਲਾਈਨ ਕਰਕੇ ਧਿਆਨ ਦੇਣ ਦੀ ਲੋੜ ਹੈ ਮਿਸਾਲ ਦੇ ਤੌਰ 'ਤੇ ਅੰਗਰੇਜ਼ਾਂ ਨੇ ਸ਼ੁਰੂ ਦੇ ਵਿੱਚ ਜਦੋਂ ਦੇ ਈਸਟ ਇੰਡੀਆ ਕੰਪਨੀ ਦਾ ਰਾਜ ਸੀ ਜੇ 1857 ਤੋਂ ਨਹੀਂ ਹੋਇਆ ਸੀ ਉਹਨਾਂ ਨੇ ਮਤਲਬ ਫੋਰਟ ਵਿਲੀਅਮਸ ਕਾਲਜ ਦੀ ਸਥਾਪਨਾ ਕੀਤੀ ਕਲਕੱਤੇ ਦੇ ਵਿੱਚ ਉੱਥੇ ਉਹਨਾਂ ਨੇ ਜ਼ੁਬਾਨਾਂ ਸਿਖਾਉਣ ਦੇ ਵਾਸਤੇ ਤਾਂ ਕਿ ਉਹਨਾਂ ਦੇ ਅਫਸਰ ਜਦੋਂ ਉਹ ਕਚਹਿਰੀਆਂ ਲਾਉਂਦੇ ਆ DC ਬਣ ਕੇ ਜ਼ਿਲ੍ਹਿਆਂ ਜਾਂਦੇ ਆ SDM ਬਣ ਕੇ SDO ਬਣ ਕੇ ਤਹਿਸੀਲਾਂ ਜਾਂਦੇ ਆ ਤਹਿਸੀਲਦਾਰ ਬਣ ਕੇ ਜਾਂਦੇ ਆ ਤਾਂ ਕਿ ਅਫਸਰ ਲੋਕਾਂ ਦੇ ਨਾਲ ਗੱਲਬਾਤ ਕਰ ਸਕਣ ਉਹਨਾਂ ਨੂੰ ਇੱਥੋਂ ਦੀਆਂ ਜ਼ੁਬਾਨਾਂ ਸਿਖਾਉਣ ਦੇ ਵਾਸਤੇ ਉਹਨਾਂ ਨੇ ਟੀਚਰ ਨਿਯੁਕਤ ਕੀਤੇ ਇਹ ਉਹ ਵਕਤ ਹੈ ਜਿਸ ਵੇਲੇ ਜਿਹੜੀ ਅੰਗਰੇਜ਼ਾਂ ਦੀ ਦੂਜੀ ਨੀਤੀ ਸੀ ਜਿਹੜੀ ਨੀਤੀ ਦੇ ਤਹਿਤ ਉਹਨਾਂ ਨੇ ਇੱਥੇ ਨੰਬਰ 1 ਧਾਰਮਿਕ ਪਹਿਚਾਣਾਂ ਨੂੰ ਬਣਾਵਟੀ ਤੌਰ 'ਤੇ ਬਣਾਉਣ ਦਾ ਪ੍ਰੋਸੈਸ ਆਰੰਭਿਆ ਉਹਨਾਂ ਬਣਾਵਟੀ ਤੌਰ 'ਤੇ ਬਣਾਈਆਂ ਧਾਰਮਿਕ ਪਹਿਚਾਣਾਂ ਨੂੰ ਮਜ਼ਬੂਤ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ ਅਤੇ ਉਹਦੇ ਤਹਿਤ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਫੋਰਟ ਵਿਲੀਅਮ ਕਾਲਜ ਦੇ ਵਿੱਚ ਲਾਲੂ ਜੀ ਲਾਲ ਨਾਂ ਦਾ ਇੱਕ ਗੁਜਰਾਤੀ ਅਧਿਆਪਕ ਨਿਯੁਕਤ ਕੀਤਾ ਗਿਆ ਹਿੰਦੀ ਦੇ ਵਿੱਚ ਅਤੇ ਉਹਨੇ ਹਿੰਦੀ ਦੇ ਵਿੱਚ ਇੱਕ ਪ੍ਰੇਮ ਸਾਗਰ ਨਾਂ ਦੀ ਕਿਤਾਬ ਲਿਖੀ ਉਹ ਕਿਤਾਬ 'ਚ ਇਸ ਗੱਲ ਦਾ ਪੂਰਾ ਜ਼ੋਰ ਲਾਇਆ ਗਿਆ ਕਿ ਪੂਰੀ ਕਿਤਾਬ 'ਚ ਕਿਤੇ ਦੇਖਿਓ ਕਿਤੇ ਕੋਈ ਫਾਰਸੀ ਪਿਛੋਕੜ ਵਾਲਾ ਸ਼ਬਦ ਨਾ ਆ ਜਾਵੇ ਇਹਦੋਂ ਇਹੀ ਵਕਤ ਹੈ ਜਿਸ ਵੇਲੇ ਤੁਸੀਂ ਮਤਲਬ ਜ਼ੁਬਾਨ ਨੂੰ ਸਿੱਖਣ ਅਤੇ ਪੜ੍ਹਾਉਣ ਦੇ ਵਿੱਚ ਮਤਲਬ ਪਰਸ਼ੀਅਨ ਲਿਪੀ ਤੋਂ ਫਾਰਸੀ ਲਿਪੀ ਤੋਂ ਤੁਸੀਂ ਦੇਵਨਾਗਰੀ ਲਿਪੀ ਵੱਲ ਵੀ ਆਉਂਦੇ ਜਿਹਦੀ ਇੱਕ ਸਿਖਰ ਤੁਹਾਨੂੰ ਜਿਹਨੇ ਭਾਰਤੇਂਦੂ ਹਰੀਸ਼ ਚੰਦਰ ਦਾ ਪਹਿਲਾ ਪ੍ਰੋਜ਼ ਰਾਈਟਰ ਹੈ ਹਿੰਦੀ ਦਾ ਉਹ ਭਾਰਤੇਂਦੂ ਹਰੀਸ਼ ਚੰਦਰ ਨਜ਼ਰ ਆਉਂਦਾ ਉਸ ਦਾ ਇਹ ਗੱਲਾਂ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਇਹ ਉਹ ਇਹੀ ਪ੍ਰੋਸੈਸ ਹੈ ਜਿਸ ਪ੍ਰੋਸੈਸ ਦੇ ਤਹਿਤ
ਜ਼ਬਾਨਾਂ ਨੂੰ ਉਹਨਾਂ ਨੇ ਬੇਸਿਕਲੀ ਆਧਾਰ ਮੁਖੀ ਹੋ ਕੇ ਉਹਨਾਂ ਨੇ ਧਰਮਾਂ ਦੇ ਨਾਲ ਜੋੜਿਆ। ਧਰਮਾਂ ਦੇ ਨਾਲ ਜੋੜ ਕੇ ਜਿਹੜਾ ਜਿਵੇਂ ਇਸ ਤਰ੍ਹਾਂ ਯੂਰਪ ਦੇ ਵਿੱਚ ਜ਼ਬਾਨਾਂ ਗਿਆਨ ਅਤੇ ਵਿਗਿਆਨ ਦੀਆਂ ਵਾਹਕ ਬਣੀਆਂ, ਗਿਆਨ ਅਤੇ ਵਿਗਿਆਨ ਨੂੰ ਫੈਲਾਉਣ ਵਾਲੀਆਂ, ਉਹਨਾਂ ਨੂੰ ਕਮਿਊਨੀਕੇਟ ਕਰਨ ਵਾਲੀਆਂ ਜ਼ਬਾਨਾਂ ਬਣੀਆਂ, ਸਾਡੀਆਂ ਜ਼ਬਾਨਾਂ ਜਿਹੜੀਆਂ ਸੀਗੀਆਂ ਇਹ ਇਸ ਵੇਲੇ ਅੰਗਰੇਜ਼ਾਂ ਦੀ ਇਸ ਨੀਤੀ ਦੇ ਤਹਿਤ ਅਤੇ ਉਸ ਦੇ ਤਹਿਤ ਜਿਹੜੇ ਬੰਦੇ ਅੰਗਰੇਜ਼ਾਂ ਨਾਲ ਉਸ ਵੇਲੇ ਕੋਲੈਬਰੇਟ ਕਰ, ਉਹਨਾਂ ਦੀ ਮਦਦ ਦੇ ਨਾਲ ਇਹ ਜ਼ਬਾਨਾਂ ਧਰਮਾਂ ਦੇ ਨਾਲ ਜੋੜੀਆਂ ਗਈਆਂ, ਇਹ ਜ਼ਬਾਨਾਂ ਦੀ ਦਿੱਖ ਜਿਹੜੀ ਸੀ ਉਹ ਧਾਰਮਿਕ ਬਣੀ। ਇਹ ਇਤਿਹਾਸ ਦਾ ਬਹੁਤ ਮਹੱਤਵਪੂਰਨ ਨੁਕਤਾ ਹੈ ਜਿਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਲਗਭਗ ਇਹੋ ਜਿਹਾ ਕੁਛ ਹੀ ਪੰਜਾਬੀ ਨਾਲ ਵਾਪਰਿਆ। ਪੰਜਾਬੀ ਜਿਹੜੀ ਸਾਡੇ ਸਾਰੇ ਪੰਜਾਬੀਆਂ ਦੀ ਸਾਂਝੀ ਜ਼ਬਾਨ ਹੈ, ਚਾਹੇ ਉਹ ਕਿਸੇ ਵੀ ਜਾਤ ਨਾਲ ਧਰਮ ਨਾਲ ਸੰਬੰਧ ਰੱਖਦੇ ਹੋਣ, ਜਿਹੜੀ ਜ਼ਬਾਨ ਅਸੀਂ ਸੁੱਤੇ ਸਿੱਖ ਆਪਣੇ ਬਚਪਨ ਤੋਂ ਸਿੱਖਦੇ ਹਾਂ, ਉਹਦੇ ਵਿੱਚ ਗੱਲਬਾਤ ਕਰਦੇ ਹਾਂ, ਉਹਦੇ ਵਿੱਚ ਪੜ੍ਹ ਕੇ ਵੱਡੇ ਹੁੰਦੇ ਹਾਂ, ਅਤੇ ਉਹੋ ਜਿਹੀਆਂ ਕਦਰਾਂ ਕੀਮਤਾਂ ਪੰਜਾਬੀ ਸੱਭਿਆਚਾਰ ਦੀਆਂ ਅਸੀਂ ਆਪਣੀ ਜ਼ਿੰਦਗੀ 'ਚ ਅਖਤਿਆਰ ਕਰਦੇ ਹਾਂ, ਇਹ ਪੰਜਾਬੀ ਯਾਦ ਰੱਖੋ 19ਵੀਂ ਸਦੀ ਦੇ ਅਖੀਰ ਤੋਂ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਪਹਿਲੇ 3 ਦਹਾਕਿਆਂ ਵਿੱਚ। ਇਹ ਗੱਲ ਕਹਿਣੀ ਬਹੁਤ ਔਖੀ ਹੈ ਪਰ ਇਹ ਸੱਚਾਈ ਹੈ ਕਿ ਪੰਜਾਬੀ ਨੂੰ ਵੀ ਇੱਕ ਖਾਸ ਧਰਮ ਨਾਲ, ਸਿੱਖ ਧਰਮ ਦੇ ਨਾਲ ਜੋੜਿਆ ਗਿਆ। ਪੂਰੀ ਸਿੰਘ ਸਭਾ ਲਹਿਰ ਜਿਹੜਾ ਪ੍ਰਚਾਰ ਹੈ ਉਹਦਾ ਇੱਕ ਆਧਾਰ ਮੂਲਕ ਬਿੰਦੂ ਇਹ ਹੈ ਕਿ ਇਹ ਜ਼ਬਾਨ ਤਾਂ ਸਾਡੀ ਜ਼ਬਾਨ ਹੈ। ਮੈਂ ਵੀ ਥੋੜ੍ਹਾ ਜਿਹਾ ਪਾਸੇ ਜਾ ਕੇ 1-2-3 ਵਾਕ ਵਰਤੂੰਗਾ। ਤੋ ਪਿੱਛੇ ਜਦ ਕੱਲ੍ਹ ਯੂਟਿਊਬ 'ਤੇ ਬੜੀਆਂ ਬਹਿਸਾਂ ਚੱਲਦੀਆਂ ਅਤੇ ਪੰਜਾਬ ਦੇ ਬੜੇ ਸੀਨੀਅਰ ਪੱਤਰਕਾਰ ਆ ਜਗਤਾਰ ਸਿੰਘ ਹੁਣੇ, ਮੈਂ ਜ਼ਿਕਰ ਉਹਦੀ ਯੂਟਿਊਬ 'ਤੇ ਮੈਂ ਜ਼ਿਕਰ ਸੁਣਿਆ, ਉਹਨਾਂ ਨੇ ਇਹੋ ਜਿਹੀ ਸਟੇਟਮੈਂਟ ਦਿੱਤੀ। ਮੈਨੂੰ ਲੱਗਦਾ ਸਟੇਟਮੈਂਟ ਦੇਣ ਦਾ ਮਤਲਬ ਕੀ, ਇਹਦਾ ਕੋਈ ਇਤਿਹਾਸਿਕ ਆਧਾਰ ਨਹੀਂ ਹੈ। ਕਹਿੰਦਾ ਜੀ ਪੰਜਾਬ ਦੇ ਇਤਿਹਾਸ 'ਚ ਪਿਛਲੇ 500 ਸਾਲਾਂ ਤੋਂ ਜੇ ਕੇਂਦਰ ਬਿੰਦੂ ਵਿੱਚ ਕੋਈ ਚੀਜ਼ ਸਿੱਖ ਧਰਮ ਹੈ ਤਾਂ ਉਹ ਪੰਜਾਬ ਦੇ ਇਤਿਹਾਸ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਡਿਫਾਈਨ ਕਰਨ ਵਾਲਾ ਹੈ। ਇਹ ਸਟੇਟਮੈਂਟ ਉਹ ਕਦੋਂ ਦੇ ਰਿਹਾ ਜੋ ਸਿਮਰਨ ਸਿੰਘ ਮਾਨ ਦੀ ਗੱਲ ਕਰ ਰਿਹਾ। ਇਹ ਗੱਲ ਬਹੁਤ ਧਿਆਨ ਨਾਲ ਕਹਿ ਰਿਹਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ, ਤੁਹਾਡੇ ਤੁਸੀਂ ਸਾਰੇ ਪ੍ਰੋਫੈਸਰ ਮੋਹਨ ਸਿੰਘ ਦੀਵਾਨਾ ਨੂੰ ਜਾਣਦੇ ਹੋਵੋਗੇ, ਪੰਜਾਬੀ ਦੇ ਪਹਿਲੇ ਵੱਡੇ ਵਿਦਵਾਨ ਹੈ, ਪਹਿਲੀ ਉਹਨਾਂ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ। ਉਹ ਉਰਦੂ ਦੇ ਬੜੇ ਵੱਡੇ ਵਿਦਵਾਨ ਸਨ ਪੰਜਾਬੀ ਦੇ ਨਾਲ ਨਾਲ, ਅਤੇ ਉਹਨਾਂ ਨੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ ਦਰਖਾਸਤ ਦਿੱਤੀ ਇੱਕ ਟੀਚਰ ਦੇ ਵਾਸਤੇ, ਪ੍ਰੋਫੈਸਰ ਦੇ ਵਾਸਤੇ, ਅਤੇ ਉਹਨਾਂ ਇੰਟਰਵਿਊ ਹੋਈ ਅਤੇ ਲੱਗਿਆ ਵੀ ਬਹੁਤ ਚੰਗਾ ਵਿਦਵਾਨ ਹੈ। ਉਹਦੇ ਅੰਗਰੇਜ਼ ਇੰਟਰਵਿਊ ਲੈ ਰਿਹਾ ਸੀ, ਕਹਿੰਦੇ ਤੁਹਾਨੂੰ ਮੈਂ ਉਰਦੂ ਦਾ ਟੀਚਰ ਨਹੀਂ ਰੱਖ ਸਕਦਾ, ਉਰਦੂ ਮੁਸਲਮਾਨ ਪੜ੍ਹਾਊਗਾ, ਤੁਸੀਂ ਕਹਿੰਦੇ ਪੰਜਾਬੀ 'ਚ ਕੁਛ ਸਿੱਖਾ, ਤੁਹਾਨੂੰ ਪੰਜਾਬੀ ਪੜ੍ਹਾਉਣ ਲਾ ਦਿੰਦੇ। ਮੋਹਨ ਸਿੰਘ ਦੀਵਾਨਾ ਉਸ ਤੋਂ ਪਿੱਛੋਂ ਪੰਜਾਬੀ ਵਾਲੇ ਪਾਸੇ ਮੁੜਿਆ। ਇਹ ਸੱਚਾਈ ਆਪਣੇ ਬੋਲੇ, ਅੰਗਰੇਜ਼ਾਂ ਦੀ ਇਹ ਖਾਸ ਕਿਸਮ ਦੀ ਪਾਲਿਸੀ ਸੀ। ਇੱਥੇ ਆਰੀਆ ਸਮਾਜ ਆਇਆ ਪੰਜਾਬ ਦੇ ਵਿੱਚ 1880-85 ਤੋਂ ਬਾਅਦ ਫੈਲਿਆ, ਅਤੇ ਜਿਸ ਤਰੀਕੇ ਨਾਲ ਸਤਿਆਰਥ ਪ੍ਰਕਾਸ਼ ਦੇ ਵਿੱਚ ਪੰਜਾਬੀ ਬਾਰੇ ਹੋਰ ਗੱਲਾਂ ਬਾਰੇ ਗੱਲਾਂ ਕੀਤੀਆਂ ਗਈਆਂ, ਜਿਵੇਂ ਉਸਨੇ ਸਾਰਾ ਕੁਛ ਮਤਲਬ ਸੰਸਕ੍ਰਿਤ ਨੂੰ ਆਧਾਰ ਬਣਾ ਕੇ ਕੋਸ਼ਿਸ਼ ਕੀਤੀ ਕਰਨ ਦੀ, ਅਤੇ ਉਹਦੇ ਵਿੱਚ ਹਿੰਦੀ ਜਿਹੜੀ ਸੀ ਉਹ ਹਿੰਦੂ ਧਰਮ ਨਾਲ ਜੋੜ ਦਿੱਤੀ। ਤੋ ਜਿਹੜੇ ਪੰਜਾਬ ਦੇ ਇਤਿਹਾਸ ਦਾ ਆਪਣੇ ਤੌਰ 'ਤੇ ਜ਼ਬਾਨਾਂ ਦੇ ਪੱਧਰ 'ਤੇ ਜਿਹੜਾ ਇਹ ਬਹੁਤ ਟੇਢਾ ਮੇਢਾ ਇਤਿਹਾਸ ਹੈ ਕਿ ਜਿਸ ਤਰ੍ਹਾਂ ਮਨੁੱਖ ਨੇ ਕੇਂਦਰ 'ਚ ਆ ਕੇ ਆਪਣੀ ਪਹਿਲਕਦਮੀ ਦੇ ਉੱਤੇ ਸਮਾਜ ਦੀਆਂ ਪਦਾਰਥਕ ਹਾਲਤਾਂ ਨੂੰ ਤਰੱਕੀ ਦਿੰਦੇ ਹੋਏ ਜ਼ਬਾਨਾਂ ਦੀ ਤਰੱਕੀ ਕਰਨੀ ਸੀ, ਜਿਨ੍ਹਾਂ ਨਾਲ ਜ਼ਬਾਨਾਂ ਸਾਡੀਆਂ
ਗਿਆਨ ਦੀਆਂ ਵਾਹਕ ਬਣਦੀਆਂ, ਗਿਆਨ ਦਾ ਸੰਚਾਰ ਕਰਨ ਵਾਲੀਆਂ ਬਣਦੀਆਂ, ਗਿਆਨ ਦੀਆਂ ਜ਼ਬਾਨਾਂ ਬਣਦੀਆਂ, ਉਹ ਇੱਥੇ ਬਸਤੀ ਵਰਦੀ ਪ੍ਰਬੰਧ ਕਰਕੇ ਅਤੇ ਉਹਦੀ ਰਹਿਨਮਾਈ ਤੋਂ ਉਹਦੀ ਛੱਤਰ ਛਾਇਆ ਦੇ ਹੇਠ ਜਿਹੜੀਆਂ ਇੱਥੇ ਲਹਿਰਾਂ ਚੱਲੀਆਂ, ਚਾਹੇ ਸਿੰਘ ਸਭਾ, ਚਾਹੇ ਆਰੀਆ ਸਮਾਜ, ਚਾਹੇ ਹੋਰ ਤਨਜ਼ੀਮ, ਉਹ ਜਿਹੜੀਆਂ ਲਹਿਰਾਂ ਸੀਗੀਆਂ ਉਹਨਾਂ ਦੇ ਅਸਰ ਹੇਠ ਇਹ ਜ਼ਬਾਨਾਂ ਗਿਆਨ ਦੀਆਂ ਉਸ ਤਰ੍ਹਾਂ ਵਾਹਕ ਨਹੀਂ ਬਣ ਸਕੀਆਂ ਜਿਵੇਂ ਕਿ ਇਹਨਾਂ ਨੂੰ ਗਿਆਨ ਦਾ ਵਾਹਕ ਬਣਨ ਦੀ ਲੋੜ ਸੀ। ਅਸੀਂ ਇਸ ਇਤਿਹਾਸ ਤੋਂ ਅਸੀਂ ਅੱਜ ਤੱਕ ਪਿੱਛਾ ਨਹੀਂ ਛੁਡਾ ਸਕੇ। ਇੱਥੇ ਕਿਸੇ ਧਾਰਮਿਕ ਫਿਰਕੇ ਨੂੰ ਗਲਤ ਠੀਕ ਕਰਨ ਦੀ ਮੇਰੀ ਕੋਈ ਮਨਸ਼ਾ ਨਹੀਂ ਹੈ। ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਜਿਹੜੇ ਪੰਜਾਬੀ ਨੂੰ ਆਪਣੀ ਜ਼ਬਾਨ ਨਹੀਂ ਮੰਨਦੇ ਸ਼ਾਇਦ ਉਹ ਬੜਾ ਵੱਡਾ ਗੁਨਾਹ ਕਰ ਰਹੇ ਹੈ, ਕਿਉਂਕਿ ਉਹ ਖਾਸ ਕਿਸਮ ਦੀ ਚੇਤਨਤਾ 'ਚ ਪੈਦਾ ਹੋਏ ਹੈ, ਖਾਸ ਕਿਸਮ ਦੀ ਚੇਤਨਤਾ ਉਹਨਾਂ ਨੂੰ ਵਿਕਾਸ ਹੋਇਆ, ਉਹਦੇ ਪਿੱਛੇ ਲੰਬਾ ਇਤਿਹਾਸ ਦਾ ਵਿਕਾਸ ਪਿਆ, ਉਹਦੇ ਵਿੱਚੋਂ ਅਸੀਂ ਹਜੇ ਤੱਕ ਉਸ ਜਮੂਦ ਨੂੰ ਤੋੜਨ ਦੇ ਵਿੱਚ ਮੁਕੰਮਲ ਤੌਰ 'ਤੇ ਕਾਮਯਾਬ ਨਹੀਂ ਹੋਏ। ਇਸੇ ਕਰਕੇ ਜਿਹੜੀ ਪੰਜਾਬੀ ਜ਼ਬਾਨ ਹੈ ਹਜੇ ਵੀ ਜਿਹੜੀ ਸੱਭਿਅਤਾ ਦੀ ਜ਼ਬਾਨ ਹੁੰਦੀ ਹੈ, ਖਾਸ ਤੌਰ 'ਤੇ ਮਿਡਲ ਕਲਾਸਿਸ ਦੇ ਵਿੱਚ ਜਿਹੜੀਆਂ ਮੱਧ ਵਰਗੀ ਹਿੱਸੇ ਹੈਗੇ, ਉਸ ਤੋਂ ਉੱਪਰਲੇ ਹਿੱਸੇ ਹੈਗੇ ਹੈ, ਉਹਨਾਂ 'ਚ ਇਹ ਜ਼ਬਾਨ ਹਜੇ ਤੱਕ ਵੀ ਪਰਮਾਨੈਂਟ ਨਹੀਂ ਹੈ। ਅਤੇ ਇਹ ਗੱਲ ਯਾਦ ਰੱਖੋ ਕਿ ਉੱਥੇ ਸਿਰਫ ਦੇ ਸਿਰਫ ਕੋਈ ਧਾਰਮਿਕ ਫਿਰਕਾ ਇਸ ਜ਼ਬਾਨ ਦੇ ਖਿਲਾਫ ਨਹੀਂ ਹੈ, ਜਿਹੜੀ ਮੁਕੰਮਲ ਤੁਹਾਡੀ ਉੱਪਰਲੀ ਸੁਸਾਇਟੀ ਹੈ ਉਹਦੇ ਵਿੱਚ ਹਜੇ ਵੀ ਤੁਸੀਂ ਦੇਖੋਗੇ ਕਿ ਫੋਰਮਲੀ ਅਸੀਂ ਜਦੋਂ ਗੱਲਾਂ ਕਰਦੇ ਹਾਂ ਤਾਂ ਅਸੀਂ ਦੂਜੀ ਜ਼ਬਾਨ 'ਚ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਪ੍ਰੋਫੈਸਰ ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਆ, ਮੈਂ ਬਹੁਤ ਵਾਰ ਦੇਖਿਆ ਕਿ ਪੰਜਾਬੀ 'ਚ ਬੋਲਣ ਨੂੰ ਕਹੋ ਅਤੇ ਬੜੇ ਮਾਣ ਦਾ ਅੰਦਰ ਬੜੇ ਖੁਸ਼ ਹੋ ਰਹੇ ਹੁੰਦੇ ਆ, ਉੱਪਰੋਂ ਅਫਸੋਸ ਜ਼ਾਹਰ ਕਰ ਰਹੇ ਹੁੰਦੇ ਆ ਅਤੇ ਕਹਿਣਗੇ ਦੇਖੋ ਜੀ ਮੇਰੀ ਮਜਬੂਰੀ ਹੈ, ਮੈਂ ਪੰਜਾਬੀ ਚੰਗੀ ਇਸ ਤਰ੍ਹਾਂ ਫੋਰਮਲੀ ਬੋਲ ਨਹੀਂ ਸਕਦਾ ਅਤੇ ਮੈਂ ਕੋਸ਼ਿਸ਼ ਕਰੂੰਗਾ ਪੰਜਾਬੀ ਬੋਲਣ। ਜਿਹੜੀ ਇਹ ਅੰਦਰੋਂ ਅੰਦਰੋਂ ਬਹੁਤ ਉਹ ਖੁਸ਼ ਹੋਣਗੇ ਵੀ ਉੱਤਰੋਂ ਅਫਸੋਸ ਜ਼ਾਹਰ ਕਰਕੇ ਆਪਣੀ ਅੰਗਰੇਜ਼ੀ ਵਿਦਵਤਾ ਦਾ ਸਾਡੇ ਸਾਹਮਣੇ ਖਾਸ ਕਿਸਮ ਦਾ ਨਕਸ਼ਾ ਉਹ ਪੇਸ਼ ਕਰਨਾ ਚਾਹੁੰਦੇ ਆ, ਇਹ ਉਸ ਕਰਕੇ ਸਾਰਾ ਕੁਛ। ਹੁਣ ਦੂਸਰਾ ਮਾਡਲ ਜਿਹੜਾ ਮੈਂ ਸਮਝਦਾ ਤਾਂ ਅਸੀਂ ਹਰ ਐਜੂਕੇਸ਼ਨ 'ਤੇ ਆਉਂਦੇ ਹਾਂ, ਜੇ ਬਸਤੀਵਾਦੀ ਪ੍ਰਬੰਧ ਕਰਕੇ ਸਾਡੀਆਂ ਜ਼ਬਾਨਾਂ ਗਿਆਨ ਦੀਆਂ ਜਿਵੇਂ ਵਾਹਕ ਹੋਣੀਆਂ ਚਾਹੀਦੀਆਂ ਉਹ ਨਹੀਂ ਬਣੀਆਂ, ਜੇ ਸਾਡੀ ਇਤਿਹਾਸਿਕ ਸੱਚਾਈ ਇਸ ਕਿਸਮ ਦੀ ਪਈ ਹੈ ਤਾਂ ਸਾਨੂੰ ਦੂਜੇ ਮਾਡਲ ਵੱਲ ਇੱਕ ਧਿਆਨ ਦੇਣ ਦੀ ਲੋੜ ਹੈ, ਜਿਹਦਾ ਮੈਂ ਬਹੁਤ ਸੰਖੇਪ ਤੌਰ 'ਤੇ ਜ਼ਿਕਰ ਕਰਨਾ ਚਾਹੂੰਗਾ। ਪੱਛਮੀ ਯੂਰਪ ਦੇ ਵਿੱਚ ਮੁਲਕ ਛੋਟੇ ਸਨ, ਇੱਕ ਮੁਲਕ ਵਿੱਚ ਇੱਕ ਜ਼ਬਾਨ ਬੋਲੀ ਜਾਂਦੀ ਸੀ, ਜਿਹੜੀ ਫਰਾਂਸ 'ਚ ਫਰਾਂਸੀਸੀ, ਜਰਮਨੀ 'ਚ ਜਰਮਨ, ਇੰਗਲੈਂਡ 'ਚ ਇੰਗਲਿਸ਼, ਇਟਲੀ 'ਚ ਇਟੈਲੀਅਨ, ਸਪੇਨ 'ਚ ਸਪੈਨਿਸ਼, ਇਹ ਬੋਲੀ ਜਾਂਦੀ ਸੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਥਾਵਾਂ 'ਤੇ ਅੰਪਾਇਰਸ ਬਣੇ, ਸਾਮਰਾਜ ਬਣੇ, ਉਹਨਾਂ ਨੂੰ ਸਾਮਰਾਜ ਬਣਨ 'ਤੇ ਉੱਥੇ ਆਧੁਨਿਕਤਾ ਵੀ ਆਉਂਦੀ ਹੈ, ਲੇਕਿਨ ਆਧੁਨਿਕਤਾ ਦੇ ਨਾਲ ਨਾਲ ਉੱਥੇ ਇੱਕ ਜ਼ਬਾਨਾਂ ਦੀਆਂ ਸਮੱਸਿਆਵਾਂ ਵੀ ਖੜੀਆਂ ਹੁੰਦੀਆਂ। ਉਹਦੀ ਇੱਕ ਪ੍ਰਮੁੱਖ ਮਿਸਾਲ ਰੂਸ ਦੀ ਹੈ। ਮੈਂ ਰੂਸ ਇੱਕ ਵੱਡਾ ਮੁਲਕ ਹੈ, ਉਹਦੇ ਨਾਲ ਨਿੱਕੇ ਨਿੱਕੇ ਹੋਰ ਕਈ ਖਿੱਤੇ ਹੈ ਜਿਨ੍ਹਾਂ ਦੀਆਂ ਆਪਣੀਆਂ ਜ਼ਬਾਨਾਂ, ਜਿਹਦੇ ਵਿੱਚੋਂ ਮੇਰਾ ਦਾਗਿਸਤਾਨ ਵਰਗੀ ਕਿਤਾਬ ਪੈਦਾ ਹੁੰਦੀ ਹੈ। ਨਹੀਂ, ਉਹ ਕਿਤਾਬ ਪੈਦਾ ਹੋਣੀ ਨਹੀਂ ਸੀਗੀ। ਜਦੋਂ ਉੱਥੇ ਆਪਣੇ ਗੱਲ ਕਰਦੇ ਮਾਤ ਭਾਸ਼ਾ ਦੀਆਂ, ਜਦੋਂ ਆਪਾਂ ਲਾਈਨਾਂ ਕੋਟ ਕਰਦੇ ਹਾਂ ਮਾਤ ਭਾਸ਼ਾ ਦੇ ਨਾਲ ਸੰਬੰਧਿਤ, ਇਹਦਾ ਮਤਲਬ ਕੀ ਹੈ ਕਿ ਉਸ ਥਾਂ ਤੋਂ ਪੈਦਾ ਹੋ ਰਹੀ ਹੈ ਕਿ ਹੁਣ ਲੱਗਦਾ ਕਿ ਜਿਹੜੀ ਮੇਰੀ ਬੋਲੀ ਹੈ ਦਾਗਿਸਤਾਨ ਦੀ, ਸ਼ਾਇਦ ਇਹਦਾ ਉਹ ਸਥਾਨ ਹੈ ਨਹੀਂਗਾ ਰੂਸ ਦੇ ਵਿੱਚ ਜਿਹੜਾ ਸਥਾਨ ਉਹਦਾ ਹੋਣਾ ਚਾਹੀਦਾ। ਉਹਦਾ ਇੱਕ ਅੰਡਰ ਟੈਕਸਟ ਜਿਹੜੀ ਹੈਗੀ ਸਭ ਟੈਕਸਟ ਹੈ ਉਸ ਕਿਤਾਬ ਦੀ ਆਪਣੇ ਤੌਰ 'ਤੇ, ਇਹਨੂੰ ਆਪਾਂ ਹਜੇ ਉਸ ਤਰ੍ਹਾਂ ਪੜ੍ਹਨ ਦੀ ਕਿਤੇ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਉਹਨੂੰ ਰੂਸੀ ਦਾ ਮੁਕਾਬਲਾ ਕਰਕੇ ਉਹਦੇ ਨਾਲ ਫੇਰ ਪੜ੍ਹਨ ਦੀ ਕੋਸ਼ਿਸ਼ ਕੀਤੀ। ਇਵੇਂ ਯੂਕਰੇਨ ਹੈ, ਲਾਟਵੀਆ ਹੈ, ਇਹੋ ਜਿਹੇ ਕਈ ਮੈਂ ਨਾਂ ਲੈ ਸਕਦਾ। ਹੁਣ ਉੱਥੇ ਵੀ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀ ਗਿਆਨ ਦੀ ਵਾਹਕ ਜ਼ਬਾਨ ਬਣੀ ਹੈ, ਜਿਹਦੇ ਕੋਲ ਤਾਕਤ ਸੀ, ਉਹ ਤਾਕਤ ਪਹਿਲਾਂ ਜ਼ਾਰ ਦੀ ਸੀ, ਮੁੜ ਕੇ ਬਹੁਤ ਹੱਦ ਤੱਕ ਉਹੀ ਤਾਕਤ ਕਮਿਊਨਿਸਟ ਪਾਰਟੀ ਤਾਕਤ ਆਈ ਸੀ, ਉਹ ਬਣੀ ਰੂਸੀ ਜ਼ਬਾਨ। ਰੂਸੀ ਜ਼ਬਾਨ 'ਚ ਗਿਆਨ ਚੱਲਿਆ, ਲੇਕਿਨ ਬਾਕੀਆਂ ਜ਼ਬਾਨਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਸਾਨੂੰ ਉਸ ਤਰ੍ਹਾਂ ਨਜ਼ਰ ਨਹੀਂ ਆਉਂਦਾ।
ਇਹ ਗੱਲ ਮੈਂ ਇਸ ਕਰਕੇ ਕਹੀ ਹੈ ਕਿ ਬਹੁਤ ਵਾਰੀ ਜਿਹੜੇ ਵੱਡੇ ਮੁਲਕ ਹੈ ਜਿੱਥੇ ਵੱਧ ਜ਼ਬਾਨਾਂ ਬੋਲੀਆਂ ਜਾਂਦੀਆਂ, ਉੱਥੇ ਕੋਈ ਨਾ ਕੋਈ ਜ਼ਬਾਨ ਚਾਹੇ ਜਿਹੜੀ ਕਿ ਲਿੰਕ ਜ਼ਬਾਨ ਹੋਵੇ, ਜਿਹੜੀ ਕਿ ਤੁਹਾਨੂੰ ਲਿੰਕ ਕਰਦੀ, ਤੁਹਾਨੂੰ ਆਪਸ ਵਿੱਚ ਜੋੜਦੀ ਹੋਵੇ। ਸੋ ਹਿੰਦੁਸਤਾਨ 'ਚ ਬੈਠ ਕੇ ਇਹ ਪ੍ਰੋਪੋਜੀਸ਼ਨ ਦੇਣੀ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ ਕਿ ਅਸੀਂ ਮੁਕੰਮਲ ਤੌਰ 'ਤੇ ਸਾਰਾ ਕੁਝ ਕਿਸੇ ਸੂਬੇ 'ਚ ਬੈਠ ਕੇ ਉੱਥੋਂ ਦੀ ਜ਼ਬਾਨ ਦੇ ਵਿੱਚ ਪੜ੍ਹ ਸਕੀਏ ਅਤੇ ਪੜ੍ਹਾ ਸਕੀਏ। ਸਾਨੂੰ ਕੁਝ ਜ਼ਬਾਨਾਂ ਹੋਰ ਸਿੱਖਣਾ ਲਾਜ਼ਮੀ ਹੈ, ਸਾਨੂੰ ਉਸ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਇਹ ਬਿਲਕੁਲ ਠੀਕ ਹੈ ਕਿ ਅਸੀਂ ਆਪਣੀ ਜ਼ਬਾਨ ਨੂੰ ਮਜ਼ਬੂਤ ਕਰੀਏ, ਜਿਸ ਤਰ੍ਹਾਂ ਕਿ ਜਿਸ ਵੇਲੇ ਫੋਰਟ ਵਿਲੀਅਮ ਕਾਲਜ 'ਚ ਹਿੰਦੀ ਇਜਾਦ ਕੀਤੀ ਜਾ ਰਹੀ ਸੀ, ਉਸੇ ਵੇਲੇ ਬੰਗਾਲ ਦਾ ਜਿਹੜਾ ਰੈਨੇਸਾਂਸ ਹੋਇਆ ਉਹਦੇ ਵਿੱਚ ਬੰਗਾਲੀ ਨੂੰ ਉਹਨਾਂ ਨੇ ਧਰਮ ਨਿਰਪੱਖਤਾ ਦੇ ਤੌਰ 'ਤੇ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਉੱਥੋਂ ਦੇ ਲਿਖਾਰੀ ਦਾ ਵੱਡਾ ਹਿੱਸਾ ਹੈ। ਮੈਂ ਬੰਗਾਲੀ ਦਾ ਜ਼ਿਕਰ ਤਾਂ ਕੀਤਾ ਹੈ ਕਿ ਬੰਗਾਲੀ ਤੁਹਾਨੂੰ ਬੜੇ ਲਿਖਾਰੀ ਮਿਲਣਗੇ ਜਿਹੜੇ ਅੱਡ ਅੱਡ ਵਿਚਾਰਧਾਰਾਵਾਂ ਨਾਲ ਅਤੇ ਅੱਡ ਅੱਡ ਧਰਮਾਂ ਨਾਲ ਸੰਬੰਧਿਤ ਵਿਅਕਤੀ ਸਨ, ਸਾਹਿਤਕਾਰ ਸਨ, ਪਰ ਉਹਨਾਂ ਨੇ ਬੰਗਾਲੀ ਨੂੰ ਪ੍ਰਫੁੱਲਤ ਕੀਤਾ ਅਤੇ ਇਸ ਕਰਕੇ ਬੰਗਾਲੀ ਵਿੱਚ ਬੜਾ ਕੁਝ ਤੁਹਾਨੂੰ ਮਿਲਦਾ ਹੈ ਜਿਹੜਾ ਸਾਨੂੰ ਹਜੇ ਤੱਕ ਉਸ ਤਰ੍ਹਾਂ ਪੰਜਾਬੀ ਵਿੱਚ ਨਹੀਂ ਮਿਲਦਾ। ਉਹ ਇਤਿਹਾਸਿਕ ਕਾਰਨ ਆਪਣੇ ਤੌਰ 'ਤੇ ਕਿਹਾ। ਸੋ ਇਸ ਹਾਲਤ ਦੇ ਵਿੱਚ, ਇਸ ਹਾਲਤ ਦੇ ਵਿੱਚ ਮੈਂ ਸਮਝਦਾ ਕਿ ਇੱਕ ਮਿਸਾਲ ਹੋਰ ਦੇ ਕੇ ਆਪਾਂ ਨੂੰ ਗੱਲ ਸਾਫ਼ ਹੋ ਜਾਂਦੀ ਹੈ ਕਿ ਜਿਹੜੇ ਲੋਕ ਸਾਡੇ 'ਤੇ ਹੁਣ ਤੱਕ ਰਾਜ ਕਰਦੇ ਰਹੇ ਹੈ 47 ਤੋਂ ਲੈ ਕੇ, ਕੀ ਉਹਨਾਂ ਨੇ ਕਿਤੇ ਵੀ ਸੁਹਿਰਦਤਾ ਨਾਲ, ਇਮਾਨਦਾਰੀ ਦੇ ਨਾਲ ਸਾਡੀਆਂ ਬੋਲਣ ਵਾਲੀਆਂ ਜ਼ਬਾਨਾਂ ਨੂੰ ਗਿਆਨ ਦੀਆਂ ਵਾਹਕ ਜ਼ਬਾਨਾਂ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਹੈ? ਸਾਨੂੰ ਜਵਾਬ ਇਸ ਦਾ ਨਿਗਾਹ ਵਿੱਚ ਮਿਲਦਾ, ਕਿਉਂਕਿ ਔਰ ਇਹ ਗੱਲ ਮੈਂ ਸਮਝਾਂ ਕਿ ਜ਼ਿਆਦਾ ਤੁਸੀਂ ਧਿਆਨ ਨਾ ਸੁਣੋ, ਅੰਡਰਲਾਈਨ ਕਰਕੇ ਕਹਿ ਰਿਹਾ, ਕਿਉਂਕਿ ਸਾਡੇ ਹਾਕਮ ਕਿਤੇ ਵੀ ਆਪਣੇ ਆਪ ਨੂੰ ਉਸ ਸਾਮਰਾਜਵਾਦੀ ਤਾਕਤ, ਉਸ ਸਾਮਰਾਜਵਾਦੀ ਅਸਰ, ਉਸ ਸਾਮਰਾਜਵਾਦੀ ਸੱਭਿਆਚਾਰ ਤੋਂ ਨਹੀਂ ਤੋੜ ਸਕੇ ਅਤੇ ਆਪਣੀ ਆਜ਼ਾਦ ਹਸਤੀ ਨਹੀਂ ਕਾਇਮ ਕਰ ਸਕੇ ਜਿਹੜੀ ਆਜ਼ਾਦ ਹਸਤੀ ਨੂੰ ਕਾਇਮ ਕਰਨ ਦੀ ਲੋੜ ਸੀ। ਇਹਦਾ ਇੱਕ ਰਾਜਸੀ ਪਿਛੋਕੜ ਕਿ ਤੁਸੀਂ ਤੁਹਾਡੇ ਕਿਹੜੇ ਹੱਕ ਨੂੰ ਕਿਸ ਵੇਲੇ ਰਾਜ, ਇਸ ਕਰਕੇ ਪਹਿਲਾਂ ਮੈਂ ਕਿਹਾ ਸੀ ਜੇਕਰ ਸਾਡੀ ਜ਼ਬਾਨ ਦੀ ਕਿਸੇ ਨੇ ਤਰੱਕੀ ਕੀਤੀ ਹੈ ਤਾਂ ਜਮਹੂਰੀ ਚੇਤਨਤਾ ਵਾਲਿਆਂ ਨੇ ਕੀਤੀ ਹੈ, ਉਹਨਾਂ ਨੇ ਕੀਤੀ, ਉਹ ਕਿਉਂਕਿ ਨਹੀਂ ਕਰ ਸਕੇ। ਇਹਦੇ ਮੁਕਾਬਲੇ ਵਿੱਚ ਮੈਂ ਚੀਨ ਦੀ ਉਦਾਹਰਣ ਦੇਣੀ ਚਾਹੂੰਗਾ। ਮਤਲਬ ਚੀਨ 'ਚ ਇਸ ਵੇਲੇ ਜਿਹੜੇ ਪ੍ਰਮਾਣਿਕ ਅੰਤਰਰਾਸ਼ਟਰੀ ਪੱਧਰ 'ਤੇ ਮੰਨੇ ਹੋਏ ਵਿਗਿਆਨ ਦੇ ਜਰਨਲਸ ਨਿਕਲਦੇ ਆ, ਉਹ ਵਿਗਿਆਨ ਦੇ ਜਰਨਲਸ ਚੀਨੀ ਵਿੱਚ ਵੀ ਨਿਕਲ ਰਹੇ ਆ, ਭਾਵੇਂ ਕਿ ਚੀਨ 'ਚ ਵੀ ਉਹਨਾਂ ਨੇ ਇਸ ਵੇਲੇ ਅੰਗਰੇਜ਼ੀ ਨੂੰ ਸਿੱਖਣਾ ਕਿਸੇ ਹੱਦ ਤੱਕ ਲਾਜ਼ਮੀ ਕੀਤਾ ਹੋਇਆ, ਪਰ ਫਿਰ ਬਹੁਤ ਕੁਛ ਦੇ ਚੀਨੀ ਜ਼ਬਾਨ 'ਚ ਹੁੰਦਾ ਜਿਹਦੇ 'ਚ ਵਿਗਿਆਨ ਵੀ ਹੈ, ਜਿਹਦੇ 'ਚ ਤੁਹਾਡੀਆਂ ਸੋਸ਼ਲ ਸਾਇੰਸਿਸ ਵੀ ਹੈਗੀਆਂ। ਸੋ ਜੇ ਅਸੀਂ ਆਪਣੀ ਹਰ ਐਜੂਕੇਸ਼ਨ ਦੇ ਵਿੱਚ, ਉਚੇਰੀ ਸਿੱਖਿਆ ਦੇ ਵਿੱਚ ਅਸੀਂ ਮਾਤ ਭਾਸ਼ਾ ਨੂੰ ਇੱਕ ਸਥਾਨ ਦੇਣਾ ਚਾਹੁੰਦੇ ਹਾਂ, ਮੈਂ ਸਮਝਦਾ ਔਰ ਇਹ ਗੱਲ ਕਹਿਣੀ ਔਖੀ ਬਹੁਤ ਹੈ ਕਿ ਜਿਹੋ ਜਿਹੇ ਇਤਿਹਾਸਿਕ ਮੋੜ 'ਤੇ ਅਸੀਂ ਖੜ੍ਹੇ ਹਾਂ, ਮੈਨੂੰ ਲੱਗਦਾ ਕਿ ਸਾਨੂੰ ਬਹੁਤ ਹੱਦ ਤੱਕ ਅਸੀਂ ਅੰਗਰੇਜ਼ੀ ਅਤੇ ਜਿਹੜੀ ਬਣਾਉਟੀ ਕਿਸਮ ਦੀ ਹਿੰਦੀ ਜਿਹੜੀ ਕਿ ਪੰਜਾਬ ਹਿੰਦੁਸਤਾਨ 'ਚ ਕੋਈ ਵੀ ਹਲਕਾ ਨਹੀਂ ਬੋਲ ਰਿਹਾ, ਜਿਹੜੀ ਹਿੰਦੀ ਸਾਨੂੰ ਕਿਤਾਬਾਂ 'ਚ ਪੜ੍ਹਾਈ ਜਾ ਰਹੀ ਹੈ ਸਿਵਾਏ ਵੱਡੇ ਸ਼ਹਿਰਾਂ ਦੀ ਮਿਡਲ ਕਲਾਸ ਤੋਂ, ਬਾਕੀ ਜ਼ਬਾਨ ਕਿਤੇ ਹਿੰਦੀ ਨਹੀਂ ਬੋਲੀ ਜਾਂਦੀ। ਇਹਨੇ ਆਪਣੀਆਂ ਛੋਟੀਆਂ ਜ਼ਬਾਨਾਂ ਖਾ ਲਈਆਂ ਸਾਰੀਆਂ, ਭੋਜਪੁਰੀ, ਮੈਥਲੀ ਵਗੈਰਾ, ਹਜ਼ਮ ਕਰ ਲਈ ਉਸ ਉਹਨਾਂ ਨੂੰ। ਸਾਨੂੰ ਹਜੇ ਤੱਕ ਇਹਨਾਂ ਤੋਂ ਕਹਿ ਵੀ ਅਸੀਂ ਪਾਸੇ ਹੱਟ ਜਾਓ, ਉਹ ਬੜਾ ਮੁਸ਼ਕਲ ਆ, ਔਖੀ ਘੜੀ ਹੈ। ਇਸ ਔਖੀ ਘੜੀ ਦੇ ਵਿੱਚ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੂੰਗਾ ਕਿ ਜਿਹੋ ਜਿਹੇ ਐਜੂਕੇਸ਼ਨ ਸਿਸਟਮ ਨੂੰ ਇੱਥੋਂ ਦੇ ਰੂਲਿੰਗ ਕਲਾਸਿਸ ਨੇ ਜਾਂ ਰੂਲਰ ਨੇ ਜ਼ਿੰਦਾ ਰੱਖਿਆ, ਉਹ ਐਜੂਕੇਸ਼ਨ ਸਿਸਟਮ ਆਪਣੇ ਤੌਰ 'ਤੇ ਇੱਕ ਸਾਰ ਨਹੀਂ ਹੈ, ਉਹ ਐਜੂਕੇਸ਼ਨ ਸਿਸਟਮ ਆਪਣੇ ਤੌਰ 'ਤੇ ਇੱਕ ਗ੍ਰੇਡੇਸ਼ਨਸ ਵਾਲਾ ਹੈ, ਉਹਦੇ ਲੈਵਲਸ ਹੈ। ਉਹਦੇ ਲੈਵਲ 'ਚ ਮੈਂ ਸਕੂਲਾਂ ਦੀ ਗੱਲ ਕਰੋ ਤਾਂ ਤੁਹਾਨੂੰ ਦੂਨ ਸਕੂਲ ਨਜ਼ਰ ਆਊਗਾ, ਤੁਹਾਨੂੰ ਅਜਮੇਰ ਦਾ ਸਕੂਲ ਨਜ਼ਰ ਆਊਗਾ, ਜਿਹੜੇ ਯਾਦ ਰੱਖੋ ਉਹ CBSE ਨਾਲ ਵੀ ਹੈ ਨਹੀਂ, ਉਹ ਇੰਟਰਨੈਸ਼ਨਲ ਬੋਰਡ ਹੈ ਇੰਗਲੈਂਡ ਦੇ ਵਿੱਚ, ਅਤੇ ਉਹਦੇ ਨਾਲ ਐਫੀਲੀਏਟਡ ਹੈ।
ਉਹ ਸੀ ਬੀ ਐਸ ਈ ਨੂੰ ਕੁਛ ਨਹੀਂ ਕਹਿੰਦੇ। ਸਾਡੇ ਸਕੂਲ ਸੀ ਬੀ ਐਸ ਈ ਫਿਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਜਿਹੜਾ ਇਹ ਅਸੀਂ ਆਪਣੇ ਤੌਰ 'ਤੇ ਫੋਰਮਲ ਪੱਧਰ 'ਤੇ ਇਸ ਕਿਸਮ ਦੇ ਲੈਵਲਸ ਵਾਲਾ ਜਿਹੜਾ ਇੱਕ ਸਕੂਲ ਸਿਸਟਮ ਬਣਾਇਆ ਹੋਇਆ, ਇਹ ਸਕੂਲ ਸਿਸਟਮ ਦੇ ਵਿੱਚ ਬਣ ਇਹ ਗਿਆ ਕਿ ਜਿਹਨੂੰ ਅੰਗਰੇਜ਼ੀ ਆਉਂਦੀ ਆ ਉਹੀ ਤੁਹਾਡਾ ਰੂਲਿੰਗ ਸਰਕਲ ਵਿੱਚ ਦਾਖਲ ਹੋਣ ਵਾਲਾ ਵਿਅਕਤੀ ਹੋ ਸਕਦਾ। ਇਹ ਬਣ ਗਿਆ, ਆਪਾਂ ਨੂੰ ਇਸ ਗੱਲ ਨੂੰ ਮੰਨਣਾ ਚਾਹੀਦਾ। ਮੈਂ ਸਿਰਫ ਤੁਹਾਡੇ ਨਾਲ ਸਿਰਫ ਫਾਰਮੂਲੇਸ਼ਨ ਲੈਵਲ 'ਤੇ ਦੋ ਗੱਲਾਂ ਕਹਿਣੀ ਅਤੇ ਫਿਰ ਆਪਣੀ ਗੱਲ ਸਮਾਪਤ ਕਰਾਂਗਾ। ਮੈਂ ਇਸ ਬੈਕਗਰਾਊਂਡ ਨੂੰ ਬੰਨਣ ਤੋਂ ਬਾਅਦ ਤਾਂ ਕਿ ਜਿਹੜੀਆਂ ਮੁਸ਼ਕਲਾਂ ਅਸੀਂ ਫੇਸ ਕਰ ਰਹੇ ਹਾਂ ਉਹਨਾਂ ਮੁਸ਼ਕਲਾਂ ਦਾ ਇਤਿਹਾਸਕ ਅਤੇ ਪਦਾਰਥਕ ਆਧਾਰ ਦੱਸਣ ਤੋਂ ਬਾਅਦ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਅਸੀਂ ਅਗਰ ਮਾਤ ਭਾਸ਼ਾ ਦੀ ਹਕੀਕੀ ਰੂਪ ਵਿੱਚ ਤਰੱਕੀ ਚਾਹੁੰਦੇ ਹਾਂ ਤਾਂ ਲੋੜ ਇਸ ਗੱਲ ਦੀ ਹੈ, ਨੰਬਰ ਇੱਕ, ਅਸੀਂ ਆਪਣੀ ਮਾਤ ਭਾਸ਼ਾ ਨੂੰ ਚੇਤਨ ਪੱਧਰ 'ਤੇ ਜਿਹੜੇ ਕਿਸਮ ਦੇ ਕੌਨਸੈਪਟ ਫਿਰਕਾ ਪ੍ਰਸਤੀ ਦੇ ਮਾਰਸ਼ਲ ਰੇਸਿਸ ਦੇ ਅੰਗਰੇਜ਼ ਲੈ ਕੇ ਆਏ ਸੀ, ਅਸੀਂ ਉਹਨਾਂ ਤੋਂ ਆਪਣੇ ਆਪ ਨੂੰ ਤੋੜੀਏ, ਆਪਣੇ ਆਪ ਨੂੰ ਵੱਖਰਾ ਕਰੀਏ, ਇਹਨੂੰ ਜਮਹੂਰੀ ਚੇਤਨਤਨ ਲਬਰੇਜ ਜ਼ਬਾਨ ਦੇ ਤੌਰ 'ਤੇ ਡਿਵੈਲਪ ਕਰੀਏ, ਇਹਨੂੰ ਗਿਆਨ ਦੀ ਵਾਹਕ ਜ਼ਬਾਨ ਬਣਾਉਣ ਦੇ ਵਾਸਤੇ, ਤਾਂ ਕਿ ਗਿਆਨ ਇਹਦੇ ਵਿੱਚ ਸੰਚਾਰ ਕਰ ਸਕੇ, ਉਸ ਗਿਆਨ ਦੀ ਜ਼ਬਾਨ ਬਣਾਉਣ ਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਲੋੜ ਹੈ, ਬਹੁਤ ਜ਼ਿਆਦਾ ਸ਼ਿੱਦਤ ਨਾਲ ਲੋੜ ਹੈ। ਅਸੀਂ ਸਾਹਿਤ ਵਿੱਚ ਬੜਾ ਕੁਝ ਪ੍ਰਾਪਤ ਕਰ ਚੁੱਕੇ ਹਾਂ ਜਾਂ ਕਰ ਰਹੇ ਹਾਂ, ਪਰ ਸਿਰਫ ਉਹ ਕਾਫੀ ਨਹੀਂ ਹੈ। ਕੋਈ ਵੀ ਜ਼ਬਾਨ ਅਗਰ ਮੁਕੰਮਲ ਤੌਰ 'ਤੇ ਸਮਝਦੇ ਹਾਂ ਕਿ ਬਹੁਤ ਤਰੱਕੀ ਯਾਫਤਾ ਜ਼ਬਾਨ ਬਣਦੀ ਆ, ਉਹ ਤਰੱਕੀ ਹੁੰਦੀ ਹੈ, ਪ੍ਰਫੁੱਲਤ ਹੁੰਦੀ ਹੈ, ਉਹਦੇ ਵਿੱਚ ਮੁੱਖ ਤੌਰ 'ਤੇ ਜਿਹੜਾ ਇੱਕ ਅਮੂਰਤ ਗਿਆਨ ਹੈ, ਚਾਹੇ ਉਹ ਵਿਗਿਆਨ ਹੋਵੇ, ਚਾਹੇ ਫਲਸਫਾ ਹੋਵੇ, ਚਾਹੇ ਸਮਾਜ ਵਿਗਿਆਨ ਹੋਵੇ, ਉਹਦਾ ਸੰਚਾਰ ਉਸ ਜ਼ਬਾਨ ਦੇ ਵਿੱਚ ਹੋਣਾ ਚਾਹੀਦਾ ਅਤੇ ਉਸ ਉੱਚ ਪਾਏ ਦਾ ਕੰਮ ਇਹ ਜ਼ਬਾਨ ਦੇ ਵਿੱਚ ਹੋਣਾ ਚਾਹੀਦਾ। ਇਹ ਕੰਮ ਕਦੋਂ ਹੋਊਗਾ? ਇਹ ਕੰਮ ਉਸ ਵੇਲੇ ਹੋਊਗਾ ਜਦੋਂ ਅਸੀਂ ਆਪਣੀ ਸਕੂਲੀ ਸਿੱਖਿਆ ਦੇ ਵਿੱਚ ਅਤੇ ਆਪਣੀ ਉਚੇਰੀ ਸਿੱਖਿਆ ਦੇ ਵਿੱਚ ਬਗੈਰ ਸੌੜੀ ਸੋਚ ਦਾ ਸ਼ਿਕਾਰ ਹੋਏ ਆਪਾਂ ਕੁਝ ਹਾਲਤਾਂ ਦੇ ਵਿੱਚ ਅੰਗਰੇਜ਼ੀ ਜਾਂ ਜਿਹੜੀ ਵੀ ਲਿੰਕ ਜ਼ਬਾਨ ਬਣਨੀ ਚਾਹੀਦੀ ਹੈ ਉਸ ਲਿੰਕ ਜ਼ਬਾਨ ਦਾ ਵੀ ਗਿਆਨ ਪ੍ਰਾਪਤ ਕਰੀਏ। ਇਹ ਗੱਲ ਕਹਿਣ ਨੂੰ ਬੜੀ ਔਖੀ ਹੈ, ਮੈਨੂੰ ਪਤਾ ਬਹੁਤ ਲੋਕ ਤੇਰੇ ਇਸ ਗੱਲ 'ਤੇ ਔਖੇ ਹੋਣਗੇ, ਪਰ ਫਿਰ ਵੀ ਮੈਨੂੰ ਲੱਗਦਾ ਕਿ ਆਪਾਂ ਨੂੰ ਇਸ ਇਤਿਹਾਸਿਕ ਮੋੜ 'ਤੇ ਵਿੱਦਿਆ ਦੇ ਇਸ ਖੇਤਰ ਦੇ ਵਿੱਚ ਜਿੰਨੀ ਦੇਰ ਤੱਕ ਅਸੀਂ ਮਤਲਬ ਆਪਣੇ ਤੌਰ 'ਤੇ ਪ੍ਰਫੁੱਲਿਤ ਨਹੀਂ ਹੁੰਦੇ, ਸਾਨੂੰ ਇਹਨਾਂ ਜ਼ਬਾਨਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਅਤੇ ਇਹ ਹੌਲੀ ਹੌਲੀ ਜਿਵੇਂ ਕਹਿੰਦੇ ਕਿ ਸਟੇਟ ਵਿਦਰਵੇ ਹੁੰਦੇ, ਹੌਲੀ ਹੌਲੀ ਇਹ ਗੱਲਾਂ ਹਾਲਾਤ ਖਤਮ ਹੋਣਗੇ, ਇਹ ਉਸ ਵੇਲੇ ਖਤਮ ਹੋਣਗੇ ਜਿਸ ਵੇਲੇ ਅਸੀਂ ਆਪਣੇ ਸਮਾਜ ਦੇ ਵਿੱਚ ਇੱਕ ਮਜ਼ਬੂਤ ਜਮਹੂਰੀ ਲਹਿਰ ਉਸਾਰ ਕੇ, ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਇਹਦੇ ਵਿੱਚ ਤੁਹਾਡਾ ਰਾਜ, ਤੁਹਾਡੀ ਸਰਕਾਰ ਆਪਣੇ ਸੌੜੇ ਆਰਥਿਕ ਰਾਜਸੀ ਸੱਭਿਆਚਾਰਕ ਹਿੱਤਾਂ ਦੇ ਕਰਕੇ ਉਹ ਇਹ ਕੰਮ ਕਿਤੇ ਨਹੀਂ ਕਰੇਗੀ। ਇਹਦੇ ਵਿੱਚ ਜਮਹੂਰੀ ਚੇਤਨਤਾ ਵਾਲੇ ਲੋਕ, ਉਹ ਲਹਿਰਾਂ ਉੱਠ ਕੇ ਇੱਥੋਂ ਦੀ ਜ਼ਬਾਨ ਨੂੰ ਮਜ਼ਬੂਤ ਕਰਨ ਦੇ ਰਾਹ ਪੈ ਸਕਦੀਆਂ, ਅਤੇ ਫਿਰ ਹੀ ਅਸੀਂ ਕਹਿ ਸਕਾਂਗੇ ਕਿ ਜਿਸ ਤਰ੍ਹਾਂ ਪੱਛਮੀ ਯੂਰਪੀ ਜ਼ਬਾਨਾਂ ਆਪਣੇ ਪਰ ਤਰੱਕੀ ਕਰਦੀਆਂ ਸੀ ਅਸੀਂ ਤਰੱਕੀ ਕਰਾਂਗੇ, ਅਤੇ ਉਸ ਤਰੱਕੀ ਕੀਤੀ ਜ਼ਬਾਨ ਦੇ ਨਾਲ ਅਗਰ ਅਸੀਂ ਅੰਗਰੇਜ਼ੀ ਅਤੇ ਹਿੰਦੀ ਅਤੇ ਫਰਾਂਸੀਸੀ ਜਰਮਨ ਵੀ ਸਿੱਖ ਲਾਂਗੇ ਆਪਣੇ ਤੌਰ 'ਤੇ, ਉਹ ਤੁਹਾਨੂੰ ਹੋਰ ਤਕੜਾ ਕਰਦੀਆਂ, ਹੋਰ ਮਜ਼ਬੂਤ ਕਰਦੀਆਂ। ਇਸ ਸੁਨੇਹੇ ਦੇ ਨਾਲ, ਇਸ ਗੱਲ ਦੇ ਨਾਲ ਮੈਂ ਤੁਹਾਨੂੰ ਆਗਿਆ ਮੰਗਾਂਗਾ। ਬਹੁਤ ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ। ਇਹਦੇ ਤੋਂ ਪਹਿਲਾਂ ਕਿ ਮੈਂ ਸਾਡੇ ਅਗਲੇ ਬਰਾ ਬੁਲਾਵੇ ਜਿਨ੍ਹਾਂ ਨੇ ਇਕਨੋਮਿਕਸ ਦੇ ਉੱਤੇ ਆਪਣੀ ਮੁੱਲਵਾਨ ਗੱਲ ਕਰਕੇ ਜਾਣਾ, ਸਾਡੇ ਇੱਥੇ ਪੰਜਾਬੀ ਸਾਹਿਤ ਸਭਾਵਾਂ ਸਾਰੀਆਂ ਹੀ ਉਹਨਾਂ ਦੇ ਵੱਖ ਵੱਖ ਨੁਮਾਇੰਦੇ ਸਾਡੇ ਚਾਰਜਰ ਨੇ, ਅਤੇ ਖਾਸ ਕਰਕੇ ਸਾਡੇ ਉਸਤਾਦ ਗਜ਼ਲ ਕੋਲ ਸਰਹੱਦੀ ਸਾਹਿਬ ਆਪਣੇ ਸਾਡੇ ਸਾਂਝੇ ਮਿੱਤਰ ਸੁੱਚਾ ਸਿੰਘ ਫਸਣਾਵਾਲ ਹੋਣਾ ਦੇ ਨਾਲ ਹਾਜ਼ਰੀ ਭਰ ਰਹੇ, ਅਸੀਂ ਜੀ ਆਇਆਂ ਆਖਦੇ ਹਾਂ।
केंद्रीय सभा वालों सू सब इस तरह साढ़े तो बहुत सारे मित्र ने जोड़े आपो अपने जथिया समेत साढ़े आए हैं गुरप्रीत रंगीनपुर हुई साढ़े बैठे ने यह भी परची देने अपने नाल आए मित्र की माता गुरमीत सिंह बादला हो रही वह भी सू परची देने अपने नाल आए मित्र की रघुवीर सिंह सोहल साहब प्रिंसीपल साहब बैठे आ वो भी अपनी परची जी जरूर भेज देंगे साढ़े च केंद्रीय पंजाबी लोक सभा के कार्यकारी मैंबर से अज जी भाषा कन्वेंशन साबेटी बुटर साहब के चिकसा साहब होर की अगवाई एक मीटिंग के दौरान जी कायम की गई थी वो मेरे नाल धर्मेंद्र औलख साहब ने अपने वर्गर सलामत भाजी ने इस तरह शलेंद्र जी राजन साढ़े नाल से कुहार साहब साड़ी अगवाई कर रहे थे बड़ी इन्होंने सारिया ने रल के जी है वो साढ़े अज के समागम के वड्डा योगदान हाजी का ही नहीं हर तरीके का जोड़ा वाइन कामयाब करने के पाया।